Hello guys, once again you all are welcome on my YouTube channel. I hope people you are getting benefits from my YouTube channel. ਅੱਜ ਦੀ ਵੀਡੀਓ ਕੈਨੇਡਾ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਸਾਰਿਆਂ ਲਈ ਬਹੁਤ ਇੰਪੋਰਟੈਂਟ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਦੇਖਿਓ ਕਿਉਂਕਿ ਰੀਸੈਂਟਲੀ ਜਿਹੜੇ ਚੇਂਜਸ ਹੋਏ ਨੇ ਉਹ ਮੈਂ ਆਲਰੇਡੀ ਤੁਹਾਡੇ ਸਾਰਿਆਂ ਨਾਲ ਡਿਸਕਸ ਕਰ ਚੁੱਕਿਆ ਬਟ ਅੱਜ ਦੀ ਵੀਡੀਓ ਦਾ ਜਿਹੜਾ ਟੌਪਿਕ ਆ ਇਹ ਥੋੜ੍ਹਾ ਜਿਹਾ ਡਿਫਰੈਂਟ ਆ ਇਹਦੇ ਵਿੱਚ ਬੇਸਿਕਲੀ ਇਹ ਗੱਲਾਂ ਡਿਸਕਸ ਕਰਾਂਗੇ ਕਿ AIP ਲੈਣ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਵੀਜ਼ਾ ਆਫੀਸਰ ਕੰਸਿਡਰ ਕਰਦਾ ਅਤੇ ਕਿਹਨੂੰ ਕਿਹਨੂੰ AIP ਨਹੀਂ ਮਿਲ ਸਕਦੀ ਕੁੱਲ ਮਿਲਾ ਕੇ ਜਿਹੜੀ ਇਹ ਵੀਡੀਓ ਆ ਪੂਰੀ AIP 'ਤੇ ਆ ਤਾਂ ਬਿਲਕੁਲ ਵੀ ਸਕਿੱਪ ਨਾ ਕਰਿਓ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਖੁਸ਼ਭੁੱਲਰ ਜਿਵੇਂ ਕਿ ਮੇਰੀ ਕੋਸ਼ਿਸ਼ ਹੁੰਦੀ ਆ ਆਲਸ ਅਤੇ ਇਮੀਗ੍ਰੇਸ਼ਨ 'ਤੇ ਜਦ ਵੀ ਕੋਈ ਅਪਡੇਟ ਆਉਂਦੀ ਆ ਮੈਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦੇ ਆਈਕਨ 'ਤੇ ਕਲਿੱਕ ਕਰ ਦਿਓ ਸਭ ਤੋਂ ਪਹਿਲੀ ਚੀਜ਼ AIP ਕੰਸਿਡਰ ਕਰਨ ਵੇਲੇ ਜਾਂ AIP ਦੇਣ ਵੇਲੇ ਵੀਜ਼ਾ ਆਫੀਸਰ ਕਿਹੜੀਆਂ ਕਿਹੜੀਆਂ ਗੱਲਾਂ ਕੰਸਿਡਰ ਕਰਦਾ ਪਹਿਲੀ ਚੀਜ਼ ਤੁਹਾਡੀ ਕੁਆਲੀਫਿਕੇਸ਼ਨ ਕਿ ਤੁਹਾਡੀ ਕੁਆਲੀਫਿਕੇਸ਼ਨ ਮੈਚ ਕਰਦੀ ਆ ਜਿਹੜਾ ਤੁਸੀਂ ਕੋਰਸ ਲਿਆ ਕੋਰਸ ਰੈਲੇਵੈਂਸੀ ਕਿ ਤੁਹਾਡਾ ਜਿਹੜਾ ਤੁਸੀਂ ਕੋਰਸ ਲਿਆ ਜੋ ਤੁਸੀਂ ਸੀਨੀਅਰ ਸੈਕੰਡਰੀ ਕੀਤੀ ਆ ਜਾਂ ਇੰਡੀਆ ਦੇ ਵਿੱਚ ਬੈਚਲਰ ਕੀਤੀ ਆ ਉਹਦੇ ਨਾਲ ਰਿਲੇਟ ਕਰਦਾ ਉਹ ਕਿਤੇ ਇੱਦਾਂ ਤਾਂ ਨਹੀਂ ਕਿ ਤੁਸੀਂ ਇੰਡੀਆ ਦੇ ਵਿੱਚ ਸਟੱਡੀ ਕੋਈ ਹੋਰ ਕੀਤੀ ਜਸਟ ਕੈਨੇਡਾ ਦੇ ਵਿੱਚ ਵੀਜ਼ਾ ਲੈਣ ਲਈ ਤੁਸੀਂ ਕੀ ਜਿਹੜਾ ਕੋਰਸ ਆ ਉਹ ਹੋਰ ਚੂਜ਼ ਕਰ ਲਿਆ ਅਨਦਰ ਫੈਕਟਰ ਕੀ ਕੰਸਿਡਰ ਕਰਦਾ ਤੁਹਾਡੀ ਲੈਂਗੁਏਜ ਕੈਪੇਬਿਲਿਟੀ ਮੀਨਸ ਤੁਹਾਡਾ ਆਲਸ ਤੁਹਾਡਾ ਟੋਫਲ ਕਿ ਤੁਸੀਂ ਇੰਗਲਿਸ਼ ਦੇ ਕਿਹੜੀ ਲੈਂਗੁਏਜ ਕੈਪੇਬਿਲਿਟੀ ਦੇ ਵਿੱਚ ਫਿੱਟ ਬਹਿੰਦੇ ਹੋ ਤੁਹਾਡਾ ਇੰਗਲਿਸ਼ ਬੋਲਣ ਸੁਣਨ ਅਤੇ ਪੜ੍ਹਨ ਦਾ ਲੈਵਲ ਕਿੱਦਾਂ ਦਾ ਇਹ ਚੀਜ਼ ਅਸੈਸਮੈਂਟ ਕਰਦਾ ਉਸ ਤੋਂ ਬਾਅਦ ਇਹ ਦੋ ਚੀਜ਼ਾਂ ਚਾਹੇ ਕੋਰਸ ਹੋ ਗਿਆ ਚਾਹੇ ਆਲਸ ਹੋ ਗਿਆ ਉਸ ਤੋਂ ਬਾਅਦ ਇੱਕ ਸਭ ਤੋਂ ਪ੍ਰਾਈਮਰੀ ਚੀਜ਼ ਕਿਹੜੀ ਆ ਕਿ ਤੁਸੀਂ ਇੰਡੀਆ ਵਾਪਸ ਆਓਗੇ ਜਾਂ ਨਹੀਂ ਆਓਗੇ ਵੀਜ਼ਾ ਆਫੀਸਰ ਨੂੰ ਉਹ ਚੀਜ਼ ਦੀ ਜਸਟੀਫਿਕੇਸ਼ਨ ਦੇਣੀ ਹੁੰਦੀ ਦੈਟ ਵੀ ਵਿਲ ਕੇਮ ਬੈਕ ਟੂ ਇੰਡੀਆ ਆਫਟਰ ਕੰਪਲੀਟਿੰਗ ਅਵਰ ਐਜੂਕੇਸ਼ਨ ਉਹ ਹੁਣ ਚੀਜ਼ ਆਪਾਂ ਕਿੱਦਾਂ ਕਲੀਅਰ ਕਰ ਸਕਦੇ ਕਿ ਮੈਂ ਇੰਡੀਆ ਵਾਪਸ ਆਊਂਗਾ ਤਾਂ ਉਹ ਆਪਾਂ ਐਕਸਪਲੇਨੇਸ਼ਨ ਦੇ ਸਕਦੇ ਹਾਂ ਆਪਣੀ ਫੈਮਿਲੀ ਬਾਰੇ ਆਪਣੇ ਟਾਈਸ ਦੱਸ ਸਕਦੇ ਹਾਂ ਇੰਡੀਆ ਦੇ ਵਿੱਚ ਕਿ ਮੈਂ ਇੰਡੀਆ ਵਾਪਸ ਆਊਂਗਾ ਬਿਕੋਜ਼ ਮੇਰੀ ਫੈਮਿਲੀ ਆ ਮੇਰੇ ਲਈ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ ਮੈਂ ਬਿਜ਼ਨਸ ਇੱਥੇ ਸ਼ੁਰੂ ਕਰਨਾ ਚਾਹੁੰਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਇਸ ਤੋਂ ਅਪਾਰਟ ਉਹ ਕਿਹੜੀ ਚੀਜ਼ ਕੰਸਿਡਰ ਕਰਦਾ ਕਿ ਜਦੋਂ ਤੁਸੀਂ ਆਇਲਸ ਵੀ ਪੂਰਾ ਕਰਤਾ ਤੁਸੀਂ ਆਪਣੇ ਕੀ ਕਹਿੰਦੇ ਹੁੰਦੇ ਆ ਕਿ ਲੈਂਗੁਏਜ ਵੀ ਦੱਸਤੀ ਤੁਸੀਂ ਆਪਣੇ ਕੋਰਸ ਵੀ ਦੱਸਤਾ ਤੁਸੀਂ ਇੰਡੀਆ ਆਉਣ ਦਾ ਰੀਜ਼ਨ ਵੀ ਦੱਸਤਾ ਉਸ ਤੋਂ ਬਾਅਦ ਤੁਹਾਡੇ ਫੰਡ ਕਿਉਂਕਿ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਕਿ ਵੀਜ਼ਾ ਆਫੀਸਰ ਨੂੰ ਇਹ ਚੀਜ਼ ਦਾ ਵਿਸ਼ਵਾਸ ਹੋਣਾ ਚਾਹੀਦਾ ਕਿ ਇਹ ਪਰਸਨ ਕੈਨੇਡਾ ਦੇ ਵਿੱਚ ਸਰਵਾਈਵ ਕਰ ਸਕੂਗਾ ਵਿਦਾਊਟ ਵਰਕਿੰਗ ਕੱਲ੍ਹ ਜਿਹੜਾ ਵੈਬੀਨਾਰ ਹੋਇਆ IRCC ਦਾ ਅੱਜ ਵੀ ਹੋਣਾ ਉਹਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਡਿਸਕਸ ਹੋਈਆਂ ਸੋ ਅੱਜ ਵੀਡੀਓ 3-4 ਆ ਸਕਦੀਆਂ ਨੇ ਸੋ ਬੈਲ ਦੇ ਆਈਕਨ 'ਤੇ ਕਲਿੱਕ ਕਰਕੇ ਰੱਖਿਓ ਉਹਦੇ ਵਿੱਚ ਇਹ ਵੀ ਚੀਜ਼ ਡਿਸਕਸ ਹੋਈ ਕਿ ਵੀਜ਼ਾ ਆਫੀਸਰ ਇਹ ਵੀ ਚੀਜ਼ ਕੰਸਿਡਰ ਕਰਦਾ ਕਿ ਜਦੋਂ ਤੁਸੀਂ ਅਪਲਾਈ ਕਰਦੇ ਹੋ ਕਿ ਤੁਹਾਡੇ ਕੋਲ ਸਫੀਸ਼ੈਂਟ ਫੰਡ ਹੈ ਤੁਸੀਂ ਬਿਨਾਂ ਕੈਨੇਡਾ 'ਚ ਕੰਮ ਕੀਤੇ ਤੋਂ ਆਪਣਾ ਜਿਹੜਾ ਕੀ ਆ ਪੜ੍ਹ ਸਕਦੇ ਹੋ ਇਹ 4-5 ਗੱਲਾਂ ਜਿਹੜੀਆਂ ਇੰਪੋਰਟੈਂਟ ਕੰਸਿਡਰ ਕੀਤੀਆਂ ਨੇ ਪਲੱਸ ਤੁਹਾਡਾ ਲੈਟਰ ਆਫ ਐਕਸਪਲੇਨੇਸ਼ਨ ਬਹੁਤ ਜ਼ਰੂਰੀ ਆ ਜਿਹਨੂੰ ਆਪਾਂ SOP ਮੈਂ ਜਦੋਂ ਵੀ ਵੀਡੀਓ ਬਣਾਉਂਦਾ ਉਹਨੂੰ ਕਹਿੰਦਾ ਹੁੰਦਾ ਕਿ ਉਹਦੇ ਵਿੱਚ ਇੱਕ ਤੁਸੀਂ ਬਰੀਫ ਜਸਟੀਫਿਕੇਸ਼ਨ ਦੇਣੀ ਹੁੰਦੀ ਆ ਦੈਟ ਵੀ ਆਰ ਕਮਿੰਗ ਟੂ ਕੈਨੇਡਾ ਓਨਲੀ ਫੋਰ ਸਟੱਡੀ ਬਿਕੋਜ਼ ਅਸੀਂ ਇੱਥੇ ਸੈਟਲ ਨਹੀਂ ਹੋਣਾ ਚਾਹੁੰਦੇ ਅਸੀਂ ਜਸਟ ਕੈਨੇਡਾ ਸਟੱਡੀ ਲਿਆਉਣਾ ਚਾਹੁੰਦੇ ਹਾਂ ਅਤੇ ਆਫਟਰ ਦੈਟ ਵੀ ਵਿਲ ਕੇਮ ਬੈਕ ਟੂ ਇੰਡੀਆ ਫੋਰ ਅਵਰ ਨੈਕਸਟ ਪ੍ਰੋਸੀਜਰ ਕਿ ਬਾਅਦ ਵਿੱਚ ਅਸੀਂ ਇੰਡੀਆ ਨੈਕਸਟ ਪ੍ਰੋਸੀਜਰ ਲਈ ਚਲੇ ਜਾਵਾਂਗੇ ਸੋ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਿਆ ਕਰੋ ਕਈ ਵਾਰ ਕੋਰਸ ਮਿਸਮੈਚ ਹੋ ਜਾਂਦਾ ਮੈਨੂੰ ਬੱਚੇ ਪੁੱਛਦੇ ਸਰ ਸਾਡੀ AIP ਨਹੀਂ ਆਈ ਸੋ ਜੇ AIP ਲੈਣੀ ਆ 15 ਸਪਤੰਬਰ ਲਾਸਟ ਡੇਟ ਆ ਬਟ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਜੇ ਇਹ ਪੂਰੀਆਂ ਹੋਣਗੀਆਂ ਇਹਨਾਂ ਨਾਲ ਵੀਜ਼ਾ ਆਫੀਸਰ ਸੈਟਿਸਫਾਈ ਹੋਊਗਾ ਦੈਨ ਯੂਅਰ ਚਾਂਸਿਸ ਆਫ ਗੈਟਿੰਗ AIP ਵਿਲ ਡੈਫੀਨੇਟਲੀ ਇਨਕਰੀਜ਼ ਰੈਦਰ ਦੈਨ ਅਦਰ ਸਟੂਡੈਂਟਸ ਸੋ ਇਹ ਚੀਜ਼ਾਂ ਨੂੰ ਕੰਸਿਡਰ ਕਰੋ ਸੋ ਆਈ ਹੋਪ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਅਗਲੀ ਵੀਡੀਓ 'ਚ ਡਿਸਕਸ ਕਰੂੰਗਾ ਜੇ AIP ਤੁਹਾਡੀ ਆ ਜਾਂਦੀ ਹੈ ਉਸ ਤੋਂ ਬਾਅਦ ਕੀ ਤੁਸੀਂ ਕਾਲਜ ਜਾਂ ਕੋਰਸ ਬਦਲ ਸਕਦੇ ਹੋ ਇੱਕ ਚੀਜ਼ ਅੱਜ ਹੋਰ ਡਿਸਕਸ ਹੋਊਗੀ ਕਿ ਜਿਹਦੀ ਨਹੀਂ AIP ਆਈ ਉਹ ਕੀ ਕਰਨ ਜਿਨ੍ਹਾਂ ਦੀਆਂ ਵੀਕ ਪ੍ਰੋਫਾਈਲਾਂ ਨੇ ਉਹ ਕੀ ਕਰਨ ਸੋ ਸਾਰਾ ਕੁਛ ਅਗਲੀ ਵੀਡੀਓ ਵਿੱਚ ਡਿਸਕਸ ਕਰੂੰਗਾ ਬੈਲ ਦੇ ਆਈਕਨ 'ਤੇ ਕਲਿੱਕ ਕਰ ਦਿਓ ਕਿਉਂਕਿ ਫਿਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਆ ਜਾਊਗੀ